ਸਾਰਿਆਂ ਵਿੱਚ ਪੜ੍ਹਦੀ ਹਾਂ। ਮੈਂ ਅੱਜ ਦੀਆਂ ਮੁੱਖ ਖ਼ਬਰਾਂ ਬਾਰੇ ਦੱਸਣਾ ਚਾਹੁੰਦੀ ਹਾਂ। ਅਮਰੀਕਾ ਦਾ ਦਾਅਵਾ, ਰੂਸ ਦਾ ਯੂਕਰੇਨ 'ਤੇ ਕਬਜ਼ਾ ਸ਼ੁਰੂ। ਕਸ਼ਮੀਰ 'ਚ ਦੂਜੇ ਦਿਨ ਭਾਰੀ ਬਰਫ਼ਬਾਰੀ। ਸ਼੍ਰੀਨਗਰ ਜੰਮੂ ਰਾਜ ਮਾਰਗ ਬੰਦ। ਹੁਣ ਸਰਕਾਰੀ ਸਕੂਲਾਂ ਦੀ ਗ੍ਰੇਡਿੰਗ ਕਰੇਗਾ ਸਿੱਖਿਆ ਵਿਭਾਗ। ਟਰਾਲੇ ਦੀ ਲਪੇਟ 'ਚ ਆਉਣ ਨਾਲ ਇੱਕ ਲੜਕੀ ਦੀ ਮੌਤ, ਦੂਜੀ ਜ਼ਖਮੀ। ਰਾਜਸਥਾਨ ਬਜਟ 'ਚੋਂ ਨਿਕਲੀਆਂ ਹਰ ਵਰਗ ਲਈ ਸੌਗਾਤਾਂ। ਹੁਣ ਮੈਂ ਤੁਹਾਨੂੰ ਔਖੇ ਸ਼ਬਦਾਂ ਬਾਰੇ ਦੱਸਾਂਗੀ। ਯੂਕਰੇਨ, ਬਰਫ਼ਬਾਰੀ, ਗ੍ਰੇਡਿੰਗ, ਲਪੇਟ, ਰਾਜਸਥਾਨ।